ਫਿਰ ਯਿਸੂ ਨੂੰ ਕਿਆਫਾ ਕੋਲੋਂ ਹਾਕਮ ਦੀ ਕਚਹਿਰੀ ਲੈ ਗਏ ਅਤੇ ਸਵੇਰ ਦਾ ਵੇਲਾ ਸੀ। ਉਹ ਆਪ ਕਚਹਿਰੀ ਦੇ ਅੰਦਰ ਨਾ ਗਏ, ਭਈ ਕਿਤੇ ਭ੍ਰਿਸ਼ਟ ਨਾ ਹੋ ਜਾਣ ਪਰ ਪਸਾਹ ਦਾ ਭੋਜਨ ਖਾ ਸਕਣ। ਉਪਰੰਤ ਪਿਲਾਤੁਸ ਨੇ ਉਹਨਾਂ ਕੋਲ ਆ ਕੇ ਬਾਹਰ ਆਉਣ ਤੇ ਕਿਹਾ, ਤੁਸੀਂ ਇਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ? ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹਨੂੰ ਤੁਹਾਡੇ ਹਵਾਲੇ ਨਾ ਕਰਦੇ। ਤੁਸੀਂ ਆਪੇ ਇਹਨੂੰ ਲੈ ਜਾਓ ਅਤੇ ਆਪਣੀ ਇਸ਼ਾਰਾ ਅਨੁਸਾਰ ਉਹਦਾ ਨਿਬੇੜਾ ਕਰੋ। ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ ਹੈ। ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਬਚਨ ਪੂਰਾ ਹੋਵੇ ਜਿਹੜਾ ਉਸਨੇ ਇਸ ਗੱਲ ਦਾ ਪਤਾ ਦੇਣ ਨੂੰ ਕਿਹਾ ਸੀ, ਭਈ ਮੈਂ ਕਿਹੜੀ ਮੌਤ ਨਾਲ ਮਰਨਾ ਹੈ। ਫਿਰ ਪਿਲਾਤੁਸ ਕਚਹਿਰੀ ਦੇ ਅੰਦਰ ਗਿਆ ਅਤੇ ਯਿਸੂ ਨੂੰ ਸੱਦ ਕੇ ਉਹਨੂੰ ਕਿਹਾ, ਭਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੀ ਹੈ ਨਾ? ਕੀ ਤੂੰ ਇਹ ਗੱਲ ਆਪੋ ਆਖਦਾ ਹੈ ਜਾਂ ਹੋਰ ਨਾ ਮੇਰੇ ਵਿਖੇ ਤੈਨੂੰ ਦੱਸੀ ਹੈ? ਭਲਾ ਮੈਂ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਪ੍ਰਧਾਨ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ, ਤੂੰ ਕੀ ਕੀਤਾ ਹੈ? ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਹੁਣ ਮੇਰੀ ਪਾਤਸ਼ਾਹੀ ਤਾਂ ਇੱਥੋਂ ਦੀ ਨਹੀਂ। ਤਾਂ ਫਿਰ ਤੂੰ ਪਾਤਸ਼ਾਹ ਹੈ? ਸੱਤ ਵਚਨ, ਮੈਂ ਪਾਤਸ਼ਾਹੀ ਹਾਂ। ਮੈਂ ਇਸੇ ਲਈ ਜਨਮ ਤਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ, ਭਈ ਸੱਚਾਈ ਉੱਤੇ ਸਾਖੀ ਦਿਆ। ਹਰ ਇੱਕ ਜੋ ਸੱਚਾਈ ਦਾ ਹੈ ਮੇਰਾ ਵਚਨ ਸੁਣਦਾ ਹੈ। ਸੱਚਾਈ ਹੁੰਦੀ ਕੀ ਹੈ? ਇਹ ਕਹਿ ਕੇ ਉਹ ਫਿਰ ਯਹੂਦੀਆਂ ਕੋਲ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ, ਮੈਂ ਉਹਦਾ ਕੋਈ ਦੋਸ਼ ਨਹੀਂ ਵੇਖਦਾ ਕਿ ਮੈਂ ਉਹਨੂੰ ਸਜ਼ਾ ਦੇਵਾਂ, ਪਰ ਤੁਹਾਡਾ ਇਹ ਦਸਤੂਰ ਹੈ ਜੋ ਮੈਂ ਤੁਹਾਡੇ ਲਈ ਪਸਾਹ ਦੇ ਸਮੇਂ ਇੱਕ ਨੂੰ ਛੱਡ ਦਿਆਂ। ਸੋ ਤੁਸੀਂ ਕੀ ਚਾਹੁੰਦੇ ਹੋ, ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ? ਤਾਂ ਉਹਨਾਂ ਨੇ ਦੰਡ ਪਾ ਕੇ ਆਖਿਆ, ਸਾਨੂੰ ਬਰਾਬਸ ਦਿਓ, ਸਾਨੂੰ ਬਰਾਬਸ ਦਿਓ, ਸਾਨੂੰ ਬਰਾਬਸ ਦਿਓ, ਸਾਨੂੰ ਬਰਾਬਸ ਦਿਓ। ਅਤੇ ਬਰਬਾਸ ਇੱਕ ਡਾਕੂ ਸੀ।